सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। डिप्टी कमिश्नर सोनाली गिरी ने समूह संस्थावां नूं अपील करदे होए कहा कि जिस जगह ते जरूरतमंदां नूं राशन नहीं मिलिया उस जगह ते फोकस करके राशन पहुंचाया जावे। उन्हां ने कहा कि इस दे लई संबंधित एसटीएम्स, नोडल अफसर अते एनजीओस भी लगाए गए ने जो पिंडां विच वी जा जा के देख रहे ने कि किस नूं राशन दी जरूरत है तां जो सारे जरूरतमंदां तक राशन पहुंचाया जा सके। उन्हां ने दस्सिया कि हुण तक एनजीओस दी सहायता दे नाल 18,000 तों वध लोकां नूं खाना खवाया गया है। सरकार वल्लों वी 5,000 तों वध होर राशन पहुंचाया गया है जो पिंडां दे विच प्रवासी मजदूर ਅਤੇ ਲੇਬਰ ਦੇ ਵਿੱਚ ਵੰਡਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਹੁਣ ਡਰਾਈ ਰਾਸ਼ਨ ਜ਼ਿਆਦਾ ਵੰਡਿਆ ਜਾ ਰਿਹਾ ਹੈ ਤਾਂ ਕਿ ਰਾਸ਼ਨ ਦੀ ਕੁਆਲਿਟੀ ਵੀ ਬਣੀ ਰਹੇ। ਅੱਜ ਅਸੀਂ ਇੱਕ ਨਵੇਕਲੀ ਸ਼ੁਰੂਆਤ ਕੀਤੀ ਹੈਗੀ ਕਿਉਂਕਿ ਜਿਵੇਂ ਕਿ ਕਰਫਿਊ ਦੇ ਦੌਰਾਨ ਕਾਫੀ ਚੀਜ਼ਾਂ ਦੀ ਘਾਟ ਪੈ ਗਈ ਸੀਗੀ, ਲੰਗਰ ਦੀ ਤੇ ਰਾਸ਼ਨ ਦੀ। ਲੇਕਿਨ ਇਹ ਵੀ ਚੀਜ਼ ਸੋਚਣ ਵਾਲੀ ਹੈਗੀ ਕਿ ਜਿਹੜੇ ਅਡੋਲਸੈਂਟ ਗਰਲਸ ਹੈਗੀ ਔਰ ਜਿਹੜੀ ਮਹਿਲਾ ਹੈ ਜੋ ਸੈਨੇਟਰੀ ਪੈਡ ਦਾ ਪ੍ਰਯੋਗ ਕਰਦੇ ਨੇ ਉਹਨਾਂ ਦੇ ਕੋਲ ਵੀ ਸੈਨੇਟਰੀ ਪੈਡ ਦੀ ਘਾਟ ਪੈ ਗਈ ਹੈਗੀ ਕਿਉਂਕਿ ਪਿੱਛੋਂ ਤੋਂ ਸਪਲਾਈ ਵੀ ਹੋ ਰਹੀ ਹੈਗੀ ਇਫੈਕਟ ਅਤੇ ਮਿਲਣਾ ਵੀ ਮੁਸ਼ਕਿਲ ਹੋ ਰਿਹਾ ਹੈਗਾ ਕਰਿਆਨਾ ਸਟੋਰ 'ਤੇ। ਇਸ ਵਾਸਤੇ ਅੱਜ ਅਸੀਂ ਵਿਮੈਨ ਐਂਡ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਅਸੀਂ DPO ਮੈਡਮ ਔਰ ADC ਜਨਰਲ ਯਹਾਂ ਪੇ ਦੀਪਸ਼ਿਕਾ ਮੈਡਮ ਦੀ ਜਿਹੜੀ ਸੋਚ ਹੈਗੀ ਇਸ ਨੂੰ ਅੱਗੇ ਲਿਜਾਉਂਦੇ ਹੋਏ ਪਹਿਲੀ ਸ਼ੁਰੂਆਤ ਇੱਥੇ ਸਲੰਮ ਏਰੀਆ ਤੋਂ ਕੀਤੀ ਹੈਗੀ ਜਿੱਥੇ 262 ਜਿਹੜੀ ਮਹਿਲਾਵਾਂ ਹੈਗੀ ਔਰ ਸਾਥ ਮੇਂ ਜਿਹੜੀ ਲੜਕੀਆਂ ਹੈ ਉਹਨਾਂ ਨੂੰ ਸੈਨੇਟਰੀ ਪੈਡਸ ਵਿਤਰਿਤ ਕੀਤੇ ਗਏ ਹੈਗੇ ਤਾਂ ਕਿ ਇਹਨਾਂ ਦੀ ਜਿਹੜੀ ਮਾਸਿਕ ਧਰਮ ਦੀ ਸਮੱਸਿਆ ਹੈ ਇਸ ਤੋਂ ਥੋੜ੍ਹਾ ਸਾ ਇਸ ਨੂੰ ਸਿਹਤ ਦੇ ਤਰੀਕੇ ਨਾਲ ਅਤੇ ਸਵੱਛਤਾ ਨਾਲ ਇਸ ਨੂੰ ਟੈਕਲ ਕੀਤਾ ਜਾ ਸਕੇ। ਅੱਜ ਬਹੁਤ ਹੀ ਚੰਗੀ ਗੱਲ ਰਹੀ ਹੈਗੀ ਢਿੱਲੋਂ ਸਾਹਿਬ ਵੱਲੋਂ ਜਿਹੜੀ ਇਹ ਪਹਿਲ ਕੀਤੀ ਗਈ ਹੈਗੀ ਕਿ ਜਿਹੜਾ ਅਸੀਂ ਬਾਰ ਬਾਰ ਲੋਕਾਂ ਤੋਂ ਅਪੀਲ ਕਰ ਰਹੇ ਨੇ ਜਿਹੜੀ ਵੀ ਸੰਸਥਾਵਾਂ ਹੈਗੀ ਕਿ ਜੀ ਜੇਕਰ ਉਹਨਾਂ ਨੂੰ ਕਿਤੇ ਵੀ ਰਾਸ਼ਨ ਵੰਡਣਾ ਹੈਗਾ ਤਾਂ ਕਾਇੰਡਲੀ ਸਾਨੂੰ ਸੰਪਰਕ ਕਰੇ, ਸਾਡੇ SDM ਦਫ਼ਤਰਾਂ ਦੇ ਵਿੱਚ ਸੰਪਰਕ ਕਰੇ ਕਿਉਂਕਿ ਹੁਣ ਹੋ ਇਹ ਰਿਹਾ ਹੈਗਾ ਕਿ ਜਿਵੇਂ ਢਿੱਲੋਂ ਸਾਹਿਬ ਨੇ ਪਹਿਲੇ ਦੱਸਤਾ ਹੈਗਾ ਕਿ ਜਿੱਥੇ ਲੋਡ ਹੈਗੀ ਉੱਥੇ ਨਹੀਂ ਪਹੁੰਚ ਰਿਹਾ ਅਤੇ ਜਿੱਥੇ ਕਈ ਵਾਰ ਦੋ ਦੋ ਤਿੰਨ ਤਿੰਨ ਵਾਰ ਵੀ ਮਿਲ ਜਾ ਰਿਹਾ ਹੈਗਾ। ਇਸ ਤੋਂ ਇਹ ਹੁੰਦਾ ਹੈਗਾ ਕਿ ਜਿਹੜੀ ਰਿਸੋਰਸਿਸ ਦੀ ਘਾਟ ਹੈਗੀ ਉਹ ਪੂਰੇ ਤਰੀਕੇ ਨਾਲ ਯੂਟੀਲਾਈਜ਼ ਨਹੀਂ ਹੋ ਪਾਏਗੀ ਅਤੇ ਅੱਜ ਸਾਨੂੰ 100 ਤੋਂ ਵੱਧ ਜਿਹੜੇ ਹੈਗੇ ਪੈਕਟਸ ਮਿਲ ਰਹੇ ਨੇ, ਫੂਡ ਪੈਕਟਸ ਮਿਲ ਰਹੇ ਨੇ ਅਤੇ ਹੁਣ ਸਭ ਤੋਂ ਜ਼ਿਆਦਾ ਗਰੀਬ ਤਬਕਾ ਜਿਹੜਾ ਹੈਗਾ ਸਲੰਮ ਏਰੀਆ ਜਿਨ੍ਹਾਂ ਦੇ ਕੋਲ ਨੀਲੇ ਕਾਰਡ ਵਗੈਰਾ ਵੀ ਨਹੀਂ ਹੋਣੇ ਹੈਗੇ ਕਿਉਂਕਿ ਅੱਗੇ ਨੀਲੇ ਕਾਰਡ ਦੀ ਵੀ 3 ਮਹੀਨਿਆਂ ਦੀ ਅਲੋਕੇਸ਼ਨ ਆਉਣੇ ਜਾ ਰਹੀ ਹੈਗੀ ਤਾਂ ਉਸ ਤੋਂ ਇਲਾਵਾ ਜਿਹੜੇ ਬੰਦੇ ਛੁੱਟ ਜਾਣੇ ਹੈ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਇਹ ਦੇਵਾਂਗੇ ਤਾਂ ਕਿ ਉਹਨਾਂ ਦਾ ਅੱਗੇ 15 ਦਿਨਾਂ ਦਾ ਜਿਹੜਾ ਕਰਿਆਨੇ ਦਾ ਸਮਾਨ ਹੈਗਾ ਉਹ ਉਹਨਾਂ ਨੂੰ ਮਿਲ ਸਕੇ ਅਤੇ ਸਾਰਿਆਂ ਤੋਂ ਫਿਰ ਅਪੀਲ ਮੈਂ ਕਰਨਾ ਚਾਹੁੰਦੀ ਹਾਂ ਕਿ ਕਾਇੰਡਲੀ ਜੇਕਰ ਉਹਨਾਂ ਦੀ ਸੰਸਥਾ ਉਹ ਖੁਦ ਇੰਡੀਵਿਜੁਅਲ ਲੈਵਲ 'ਤੇ ਕਿੱਥੇ ਵੀ ਫੂਡ ਪੈਕਟਸ ਵਗੈਰਾ ਦੇਣਾ ਚਾਹੁੰਦੇ ਨੇ ਤਾਂ ਕਾਇੰਡਲੀ ਸਾਨੂੰ ਸੰਪਰਕ ਕਰਨ, SDM ਦਫ਼ਤਰ ਵਿੱਚ ਸੰਪਰਕ ਕਰਨ ਕਿਉਂਕਿ ਅਸੀਂ ਮੈਪਿੰਗ ਪੂਰੀ ਆਈਡੈਂਟੀਫਿਕੇਸ਼ਨ ਪੂਰੇ ਜ਼ਿਲ੍ਹੇ ਦੀ ਸਾਰੇ ਮਾਈਗ੍ਰੈਂਟ ਲੇਬਰਸ ਔਰ ਸਲੰਮ ਡੋਲਰਸ ਦੀ ਕਰ ਚੁੱਕੇ ਨੇ ਅਤੇ ਸਾਨੂੰ ਪਤਾ ਹੈਗਾ ਕਿ ਕਿਹੜੇ ਕਿਹੜੇ ਪਾਕਿਟਸ ਦੇ ਵਿੱਚ ਕਿੰਨੇ ਕਿੰਨੇ ਫੈਮਲੀਜ਼ ਹੈਗੇ ਜਿਨ੍ਹਾਂ ਨੂੰ ਇਹ ਰਾਸ਼ਨ ਦੀ ਲੋੜ ਹੈ। ਇਸ ਕਰਕੇ ਇਹ ਬਹੁਤ ਹੀ ਚੰਗੇ ਤਰੀਕੇ ਨਾਲ ਅਸੀਂ ਵੰਡ ਵੀ ਸਕਦੇ ਨੇ ਅਤੇ ਰਿਸੋਰਸਿਸ ਦੀ ਵੇਸਟੇਜ ਵੀ ਨਹੀਂ ਹੋਣੀ ਹੈਗੀ ਅਤੇ ਅੱਜ ਇਹ ਜਿਹੜਾ ਉਪਰਾਲਾ ਹੈ ਮੈਂ ਸਾਰਿਆਂ ਤੋਂ ਅਪੀਲ ਕਰਦੀ ਹਾਂ ਕਾਇੰਡਲੀ ਪਲੀਜ਼ ਇਸੇ ਤਰੀਕੇ ਨਾਲ ਸਾਨੂੰ ਸੰਪਰਕ ਕਰੋ ਅਤੇ ਜਿਹੜੀ ਰਾਸ਼ਨ ਦੀ ਜਿਹੜੀ ਘਾਟ ਹੋ ਰਹੀ ਹੈਗੀ ਸਪੈਸ਼ਲੀ ਮਾਈਗ੍ਰੈਂਟ ਲੇਬਰਸ ਔਰ ਜਿਹੜੇ ਜੁੱਗੀ ਬਸਤੀਆਂ ਹੈਗੀਆਂ ਉੱਥੇ ਉਹਨਾਂ ਨੂੰ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰੋ। ਇਸ ਦੌਰਾਨ ਮੌਜੂਦ ਪੰਜਾਬ ਯੂਥ ਕਾਂਗਰਸ ਪ੍ਰਧਾਨ ਵਰਿੰਦਰ ਢਿੱਲੋਂ ਨੇ ਦੱਸਿਆ ਕਿ ਉਹਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ 200 ਤੋਂ ਵੱਧ ਪਰਿਵਾਰਾਂ ਨੂੰ ਆਟਾ ਅਤੇ ਜ਼ਰੂਰੀ ਰਾਸ਼ਨ ਮੁਹੱਈਆ ਕਰਾਇਆ ਜਾ ਰਿਹਾ ਹੈ। ਉਹਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਰਾਸ਼ਨ ਵੰਡਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਲਿਆ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਰਾਸ਼ਨ ਵੰਡਵਾ ਰਹੀ ਹੈ ਤਾਂ ਕਿ ਕੋਈ ਜ਼ਰੂਰਤਮੰਦ ਰਾਸ਼ਨ ਤੋਂ ਬਿਨਾਂ ਨਾ ਰਹਿ ਸਕੇ। ਆਪਾਂ ਆਪਣੇ ਆਪ ਜਾ ਕੇ ਵੰਡ ਦਈਏ, ਕੱਲ੍ਹ ਨੂੰ ਪਤਾ ਹੀ ਨਹੀਂ ਚੱਲਦਾ ਕਿਸੇ ਨੂੰ, ਮੰਨ ਲਓ ਮੈਂ ਆਪਣੇ ਏਰੀਏ 'ਚ ਵੰਡ ਰਿਹਾ, ਉੱਥੇ ਸਰਕਾਰ ਵੀ ਵੰਡ ਰਹੀ ਆ, ਉੱਥੇ ਮਤਲਬ ਡਬਲ ਡਬਲ ਟ੍ਰਿਪਲ ਟ੍ਰਿਪਲ ਕੰਮ ਨਹੀਂ ਹੋਣਾ ਚਾਹੀਦਾ। ਇਸ ਕਰਕੇ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਕੀਤੀ ਆ ਵੀ ਤੁਸੀਂ ਸਾਡੇ ਤੋਂ ਸਾਰਾ ਰਾਸ਼ਨ ਲਓ ਔਰ ਤੁਸੀਂ ਅੱਗੇ ਉਹਨੂੰ ਵੰਡਾਓ ਤਾਂ ਕਿ ਜਿਹੜੀ ਡਿਸਟ੍ਰੀਬਿਊਸ਼ਨ ਆ ਉਹ ਇੱਕ ਸਿੰਗਲ ਪੁਆਇੰਟ ਏਜੰਡੇ 'ਤੇ ਹੋ ਸਕੇ ਔਰ ਵਧੀਆ ਤਰੀਕੇ ਨਾਲ ਹੋ ਸਕੇ। ਬੜੀ ਵਧੀਆ ਗੱਲ ਆ, ਉਹਨਾਂ ਨੂੰ ਵੀ ਲੱਗਣਾ ਚਾਹੀਦਾ, ਲੇਕਿਨ ਉਹ ਜਿੱਥੇ ਵੀ ਵੰਡਣਾ ਚਾਹੁੰਦੇ ਐਡਮਿਨਿਸਟ੍ਰੇਸ਼ਨ ਨੂੰ ਦੱਸ ਦੇਣ ਵੀ ਅਸੀਂ ਇੱਥੇ ਵੰਡ ਆਏ ਹਾਂ, ਅਸੀਂ ਇੱਥੇ ਵੰਡ ਆਏ ਹਾਂ ਤਾਂ ਕਿ ਉੱਥੇ ਜਿਹੜੀ ਲੋੜ ਆ ਉਹ ਨਾ ਹੋ ਸਕੇ, ਕਿਉਂਕਿ ਅੱਜ ਦੇ ਸਮੇਂ 'ਚ ਅਗਰ ਕੋਈ ਭੁੱਖਾ ਰਹਿ ਜੇ ਤਾਂ ਉਹ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ। NGOs ਲੱਗੀਆਂ, ਸੋਸ਼ਲ ਆਰਗੇਨਾਈਜੇਸ਼ਨਸ ਲੱਗੀਆਂ, ਸੋ ਇਹ ਉਮੀਦ ਆ ਵੀ ਇੱਕ ਕੋਆਰਡੀਨੇਟਡ ਐਫਰਟ ਹੋਣਾ ਚਾਹੀਦਾ। ਇਹ ਨਹੀਂ ਆ ਵੀ ਕੋਈ ਕਿਤੇ ਵੰਡ ਰਿਹਾ, ਕੋਈ ਕਿਤੇ ਵੰਡ ਰਿਹਾ, ਕੋਈ ਕਿਤੇ ਵੰਡ ਰਿਹਾ। ਐਡਮਿਨਿਸਟ੍ਰੇਸ਼ਨ ਨੂੰ ਪਤਾ ਹੋਵੇ ਵੀ ਇੱਥੇ ਇੱਥੇ ਵੰਡਿਆ ਜਾ ਰਿਹਾ
ਔਰ ਉਹਦੇ ਨਾਲ ਸਾਰੇ ਐਨ ਜੀ ਓਜ਼ ਦਾ ਟਾਈਅਪ ਹੋਵੇ। ਐਨ ਜੀ ਓਜ਼ ਆਪਣੇ ਲੈਵਲ 'ਤੇ ਵੰਡਣਾ ਚਾਹੁੰਦੇ ਆਪਣੇ ਲੈਵਲ 'ਤੇ ਵੰਡ ਦੇਣ, ਐਡਮਿਨਿਸਟ੍ਰੇਸ਼ਨ ਰਾਹੀਂ ਵੰਡਣਾ ਚਾਹੁੰਦੇ ਐਡਮਿਨਿਸਟ੍ਰੇਸ਼ਨ ਰਾਹੀਂ ਵੰਡ। ਤੁਸੀਂ ਹੁਣ ਕਿੰਨਾ ਰਾਸ਼ਨ ਜਿਹੜਾ ਹੈਂਡ ਓਵਰ ਕੀਤਾ ਹੈਗਾ ਅਤੇ ਆਉਣ ਵਾਲੇ ਵਾਸਤੇ ਕੀ ਤਿਆਰੀ? ਅੱਜ ਅਸੀਂ ਬੇਸਿਕਲੀ ਆਹ ਦੇਖੋ ਤੁਸੀਂ ਆਹ ਕਿੱਟਾਂ ਬਣਾਈਆਂ ਸੀ, ਐਂ ਕਰਕੇ ਕਿੱਟਾਂ ਦੇ ਵਿੱਚ ਇਹਦੇ ਵਿੱਚ ਤੇਲ, ਇਹਦੇ ਵਿੱਚ ਮਸਾਲੇ, ਇਹਦੇ ਵਿੱਚ ਆਲੂ, ਪਿਆਜ਼, ਸਾਰਾ ਕੁਛ ਹੈ। 15 ਦਿਨਾਂ ਦਾ ਰਾਸ਼ਨ ਆ, ਨਾਲ ਉਹਦੇ ਕੁਛ ਆਟੇ ਦੀ, ਆਟਾ ਇਹਦੇ ਅੰਦਰ ਵੀ ਹੈਗਾ ਲੇਕਿਨ ਕੁਛ ਹੋਰ ਆਟੇ ਦੀ ਥੈਲੀਆਂ, ਕਿਉਂਕਿ ਆਟਾ ਬੜਾ ਜ਼ਰੂਰੀ ਆ। ਸੋ ਇਸ ਕਰਕੇ ਉਹ ਆਟੇ ਵੀ ਅਸੀਂ ਆਪਣਾ ਕੀ ਕਹਿੰਦੇ ਦੇ ਰਹੇ ਹਾਂ ਔਰ ਉਹ ਚੀਜ਼ਾਂ ਨੂੰ ਅਸੀਂ ਮਤਲਬ ਤਕਰੀਬਨ ਇਹ 200 ਪਰਿਵਾਰਾਂ ਵਾਸਤੇ ਬੜਾ ਸਮਰਥ ਆਪਣਾ ਕਹਿੰਦੇ ਰਾਸ਼ਨ ਆ ਔਰ ਐਂ ਹੀ ਅਸੀਂ ਰੋਜ਼ ਦੇ ਰੋਜ਼ ਰੋਜ਼ ਦੇ ਰੋਜ਼ ਇਹ ਦਿੰਦੇ ਰਹਾਂਗੇ। Holidays? Searching for agency? Are you confused? Then here is a solution. Now you can book your railway ticket, bus ticket and airplane ticket with hotel booking just in 5 minutes. Immediately contact us on 94786-95072. You are watching NC7 News. To give advertisement for flash ad, video ad and paid stories on this channel, contact us on 9855858559.